ਨਮਸਕਾਰ ਤੇ ਸਤਿ ਸ੍ਰੀ ਅਕਾਲ ਵੀਰੋ, ਨਵੀਂ ਅਪਡੇਟ ਆ ਚੁੱਕੀ ਹੈ। ਤੁਹਾਨੂੰ ਪਤਾ ਨਵੀਂ ਅਪਡੇਟ ਆਉਂਦੇ ਆਉਂਦੇ ਹੀ ਅਸੀਂ ਵੀ ਆ ਜਾਂਦੇ ਹਾਂ। ਨਵੀਂ ਅਪਡੇਟ ਆ ਚੁੱਕੀ ਹੈ, ਸਿੱਧੂ ਮੂਸੇਵਾਲੇ ਦਾ ਸ਼ੋਅ ਹੋਣਾ 29 ਫਰਵਰੀ 2020 ਨੂੰ ਜਲੰਧਰ ਵਿੱਚ। ਤੇ ਤੁਸੀਂ ਕਹਿਣਾ ਇਹ ਅਪਡੇਟ ਤਾਂ ਤੁਸੀਂ ਪਹਿਲਾਂ ਵੀ ਦੇ ਚੁੱਕੇ ਸੀ, ਉਹ ਬਹੁਤ ਅੱਧੀ ਅਪਡੇਟ ਦਿੱਤੀ ਸੀ, ਅਸੀਂ ਤੁਹਾਨੂੰ ਪੂਰੀ ਅਪਡੇਟ ਥੋੜ੍ਹਾ ਦਿੱਤੀ ਸੀ। ਅਸੀਂ ਤਾਂ ਤੁਹਾਨੂੰ ਇਹੀ ਦੱਸਿਆ ਸੀ ਬਈ ਸਿੱਧੂ ਮੂਸੇਵਾਲੇ ਦਾ 29 ਤਰੀਕ ਸ਼ਨੀਵਾਰ ਨੂੰ 2020 ਫਰਵਰੀ ਨੂੰ ਸ਼ੋਅ ਹੋਣਾ ਜਲੰਧਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਮਾਲਟੋਨ 'ਚ। ਬਾਕੀ ਅਪਡੇਟ ਕਿੱਥੇ ਜਾਣੀ ਹੈ, ਯਾਨੀ ਕਿ ਟਿਕਟ ਬੁਕਿੰਗ ਕਿੱਥੋਂ ਕਰਾਉਣੀ ਹੈ, ਟਿਕਟ ਬੁਕਿੰਗ ਦੇ ਨੰਬਰ, ਉਸ ਤੋਂ ਬਾਅਦ ਸ਼ਾਮੀ ਕਿੰਨੇ ਵਜੇ ਸ਼ੋਅ ਸ਼ੁਰੂ ਹੋਣਾ, ਵੀ ਤੁਸੀਂ ਟਾਈਮ ਸਿਰ ਪਹੁੰਚਣਾ ਹੋਊਗੇ ਅਤੇ ਤਾਂ ਹੀ ਤਾਂ ਗੱਲਬਾਤ ਬਣੇਗੀ। ਔਨਲਾਈਨ ਬੁਕਿੰਗ ਕਿੱਦਾਂ ਕਰਾਉਣੀ, ਕਿਹਨੂੰ ਗੱਲ ਕਰੀਏ, ਕਿਹਦੇ ਤੋਂ ਮਿਲੀਏ, ਕੀ ਗੱਲ ਕਰੀਏ, ਕਿੱਦਾਂ ਕਰੀਏ, ਇਹ ਸਾਰੀ ਅਪਡੇਟ ਅਸੀਂ ਲੈ ਕੇ ਆ ਗਏ ਹਾਂ, ਸਾਰੀ ਅਪਡੇਟ ਦੱਸਾਂਗੇ। ਪਹਿਲਾਂ ਕਮੈਂਟ ਬਾਕਸ ਭਰ ਦਿਓ, ਸਿੱਧੂ ਮੂਸੇਵਾਲਾ ਜ਼ਿੰਦਾਬਾਦ, ਓਲਡ ਸਕੂਲ ਪੀਣ ਦਾ ਤਰੀਕਾ ਬੱਲੀਏ ਨਹੀਂ, ਓਲਡ ਸਕੂਲ ਕਢਾਉਂਦਾ ਮੁੰਡਾ ਚੀਕਾ ਬੱਲੀਏ, ਪਹਿਲਾਂ ਕਮੈਂਟ ਬਾਕਸ ਭਰਿਆ ਗਿਆ। ਚਲੋ ਫਿਰ ਅਸੀਂ ਅਪਡੇਟ ਸ਼ੁਰੂ ਕਰ ਦਿੰਦੇ ਹਾਂ। ਪਹਿਲਾਂ ਤਾਂ ਤੁਸੀਂ ਪੰਕਜ ਭਾਈ ਨੂੰ ਫੋਨ ਕਰਨਾ, ਪੰਕਜ ਭਾਈ ਦਾ ਨੰਬਰ ਹੈਗਾ ਜੀ, ਲਿਖੋ 98780-17002, 98780-17002। ਇਹਨਾਂ ਨੂੰ ਫੋਨ ਕਰਕੇ ਤੁਸੀਂ ਟਿਕਟ ਬੁਕਿੰਗ ਬਾਰੇ ਪੂਰੀ ਕਨਫਰਮੇਸ਼ਨ ਕਰ ਲਓਗੇ ਜੀ। ਨੰਬਰ ਨੋਟ ਕਰ ਲਿਆ ਪੰਕਜ ਭਾਈ ਦਾ। ਹੁਣ ਸ਼ੁਭਮ ਭਾਈ ਦਾ ਨੰਬਰ ਨੋਟ ਕਰੋ, 98-762-88-788-88-780। ਅਤੇ ਹੁਣ ਦੋਨੋਂ ਨੰਬਰ ਤੁਸੀਂ ਨੋਟ ਕਰ ਲਏ, ਇਹਨਾਂ ਨੂੰ ਕਹਿਣਾ ਇਹਨਾਂ ਨੇ ਤੁਹਾਡੀ ਟਿਕਟ ਬੁਕਿੰਗ ਕਰ ਦੇਣੀ। ਔਨਲਾਈਨ ਟਿਕਟ ਬੁਕਿੰਗ ਹੋ ਜਾਣੀ ਹੈ ਅਤੇ ਸ਼ਾਮੀ 6 ਵਜੇ ਸ਼ੋਅ ਸ਼ੁਰੂ ਹੋਣਾ, ਯਾਨੀ ਕਿ 29 ਤਰੀਕ ਸ਼ਨੀਵਾਰ ਨੂੰ ਸ਼ਾਮੀ 6 ਵਜੇ ਫਰਵਰੀ ਦੇ ਮਹੀਨੇ ਆਉਂਦੀ 4 ਸਾਲ ਬਾਅਦ ਤੁਸੀਂ ਪਹੁੰਚ ਜਾਣਾ ਅਤੇ ਉੱਥੇ ਲਲਕਾਰੇ ਵੱਜਣੇ, ਚੀਕਾਂ ਵੱਜਣੀਆਂ ਸਾਰੇ ਸਿੰਗਰਾਂ ਨੂੰ, ਤੁਹਾਨੂੰ ਪਤਾ ਥਾਪੀਆਂ ਦੇ ਨਾਲ ਹੀ ਸਿੱਧੂ ਮੂਸੇਵਾਲਾ ਜ਼ਿੰਦਾਬਾਦ। ਅਤੇ ਜੇ ਸਾਡੀ ਵੀਡੀਓ ਵੀ ਚੰਗੀ ਲੱਗੇ ਤਾਂ ਮਾੜੀ ਮੋਟੀ ਤਾਂ ਲਾਈਕ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰਕੇ ਚੈਨਲ ਪ੍ਰੈਸ ਬੈਲ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਮਿਲਾਂਗੇ ਨਵੀਂ ਵੀਡੀਓ, ਤਦ ਤੱਕ ਲਈ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਵੀਰੋ।